ਸਾਈਡ ਤੇ ਕਰ ਯਾਨੀ ਤੇਰੇ ਕਹਿਣ ਦਾ ਇਹ ਮਤਲਬ ਆ ਬਈ ਮੈਂ ਇਹ ਕਸ਼ਤੀ ਚੁੱਕ ਕੇ ਤੇ ਸਾਈਡ ਤੇ ਕਰਾਂ ਮੈਂ ਟਰੈਕਟਰ ਵੇਚ ਕੇ ਪੁਲਿਸ ਵਾਲਾ ਵਰਤੀ ਹੋਇਆ ਪਾਂਡੀ ਨਹੀਂ ਓਏ ਚੁੱਪ ਕਰ ਦੋ ਭਾਈ ਤੁਸੀਂ ਵੀ ਡਿਸਟਰਬ ਹੋ ਰਹੇ ਜੀ ਹਾਰਨ ਦੀ ਆਵਾਜ਼ ਤੋਂ ਮੈਂ ਤੇ ਫਸੀ ਗਈ ਆ ਅੱਛਾ ਜੀ ਟ੍ਰੈਫਿਕ ਦੇ ਵਿੱਚ ਜਾਂ ਮੇਰੇ ਨਾਲ ਮੈਂ ਕਿਹਾ ਤੁਸੀਂ ਚਵਲਾ ਨਹੀਂ ਮਾਰ ਰਹੇ ਫੇਰ ਤੁਸੀਂ ਅੱਖਾਂ ਕਿਉਂ ਨਹੀਂ ਮਾਰ ਰਹੇ ਓਏ ਖਲੋ ਜਾਓ ਮੈਂ ਕੋਸ਼ਿਸ਼ ਕਰਨ ਤੇ ਦਿਆਂ ਇਹ ਕੋਸ਼ਿਸ਼ ਬੇਕਾਰ ਹੈ ਉਧਰ ਕੁਛ ਕਰੋ ਜਾ ਕੇ ਲੋ ਦੱਸੋ ਓ ਪਾਈ ਕੱਢ ਇਹਨੂੰ ਬਾਹਰ ਤੋਂ ਅਰ ਅਰ ਆ ਨਿਕਲ ਜਾ ਟਾ ਓਏ ਇਹਨਾਂ ਦਾ ਚਲਾਨ ਕਰ ਦੇ ਚਲਾਨ ਚ ਕੀ ਲਿਖਣਾ ਕਿ ਹੈਲਮਟ ਨਹੀਂ ਪਾਇਆ ਹਾ ਹਾ ਤੁਹਾਡੇ ਸਾਈ ਮਰ ਜਾਣ ਕੁੱਤੇ ਦਾ ਹੋਣ ਤੇ ਉਰ ਆ ਲੇਡੀਜ਼ ਦੇ ਹੱਥ ਚੁੱਕਦਾ ਤੇਰੇ ਘਰ ਗਾਵਾਂ ਪੈਣਾ ਹੈ ਨਹੀਂ ਇਦਾਂ ਲੇਡੀਜ਼ ਦਾ ਖਿਆਲ ਹੋਵੇ ਤੇਰਾ ਨੂੰ ਘਰ ਰੱਖੀਦਾ ਹੁੰਦਾ ਬਾਜ਼ਾਰ ਚ ਕੀ ਇਹਨਾਂ ਨੂੰ ਸ਼ਾਪਿੰਗ ਕਰਾਉਣ ਵਾਸਤੇ ਲੈ ਆਇਆ ਤੂੰ ਹੈ ਦੱਸ ਮੈਨੂੰ ਮੈਂ ਨਾ ਖਾਪੜਾ ਭਾਈ ਮੈਂ ਤੇਰੇ ਅਫਸਰ ਨੂੰ ਸ਼ਿਕਾਇਤ ਲਾ ਦੇਣੀ ਆ ਇਹਨਾਂ ਨੂੰ ਬਾਹਰ ਕੱਢ ਛੇਤੀ ਕਰ ਓ ਇਹਨਾਂ ਦਾ ਹੈਂਡਲ ਕਿੱਥੇ ਆ ਹੈਂਡਲ ਨਹੀਂ ਇਹਨਾਂ ਨੂੰ ਕੁੱਤਾ ਮੋੜਦਾ ਤੇ ਉਹ ਲਿਆਉਂਦਾ ਮੈਨੂੰ ਚੇਤਾ ਨਹੀਂ ਰਿਹਾ ਹੁਣ ਕੁੱਤੇ ਤੋਂ ਬਗੈਰ ਨਹੀਂ ਮੋੜਨਾ ਇਹਨਾਂ ਨੇ ਜਾਂ ਤਾਂ ਇਹਨਾਂ ਨੂੰ ਕੁੱਤਾ ਕਵੇ ਜਾਂ ਫਿਰ ਤੂੰ ਕਹਿ ਦੇ ਤੇ ਜਾਂ ਫਿਰ ਆਪਣੇ ਸਾਰ ਨੂੰ ਕਹਿ ਉਹ ਕਹਿ ਦੇਵੇ ਓਏ ਮੈਂ ਤੇਰੇ ਨਾਲ ਪਿਆਰ ਨਾਲ ਬੋਲਣ ਆ ਮੇਰੀ ਕਮਜ਼ੋਰੀ ਨਾ ਸਮਝ ਮੈਂ ਤੇਰਾ ਜਨਾਨਾ ਸਾਲ ਵੇਖ ਕੇ ਤੈਨੂੰ ਕੁਛ ਨਹੀਂ ਕਿਹਾ ਚੱਲ ਹੁਣ ਇਹਨਾਂ ਨੂੰ ਲੈ ਤੇ ਨਿਕਲ ਇੱਥੋਂ ਨਹੀਂ ਤੇ ਮੈਂ ਇਹਨਾਂ ਦੇ ਪਰਚਾ ਦੇ ਕੇ ਇਹਨਾਂ ਨੂੰ ਅੰਦਰ ਕਰ ਦੇਣਾ ਹੀ ਓ ਭਾਈ ਜੀ ਹੁਣ ਕਾਦੀ ਦੇਰ ਹੋ ਰਹੀ ਹੈ ਇਹਨਾਂ ਨੂੰ ਪਰਾਂ ਕਿਉਂ ਨਹੀਂ ਕਰਦੇ ਪਏ ਇਹਨਾਂ ਨੂੰ ਕੁੱਤਾ ਕਹੇਗਾ ਤੇ ਪਰੇ ਹੋਣਗੀਆਂ ਚਲੋ ਓਏ ਹੱਟ ਜਾ ਪਿੱਛੇ ਸ਼ੁਕਰ ਆ ਸਰ ਜੀ ਤੁਸੀਂ ਆ ਗਏ ਨਹੀਂ ਤਾਂ ਕੁੱਤਾ ਲਿਆਉਣਾ ਪੈਣਾ ਸੀ ਹੁਣ ਤੂੰ ਗੱਡੀਆਂ ਵਾਲਾ ਤੇ ਜਾ ਕੇ ਪਾਉ ਇਹਦੇ ਚ ਲੜਨ ਵਾਲੀ ਕਿਹੜੀ ਗੱਲ ਹੈ ਚਲੋ ਵੀ ਸ਼ਾਵਾ ਸ਼ਾਪੜੀ ਆਪਣੀਆਂ ਗੱਡੀਆਂ ਉਰੇ ਬਰੇ ਕਰੋ ਬਾਈ ਚਲੋ ਵੀ ਛੇਤੀ ਕਰੋ ਹੈ ਤੁਹਾਨੂੰ ਮੇਰੇ ਨਾਲ ਕੋਈ ਕੰਮ ਤੇ ਨਹੀਂ ਮੈਂ ਹੁਣ ਜਾਵਾਂ ਤੁਸੀਂ ਆਏ ਵੀ ਕਿਹੜਾ ਸਾਡੇ ਕਹਿਣ ਤੇ ਸੀ ਮੇਰੇ ਕੋਲੋਂ ਇਹ ਗੱਡੀ ਲੰਘਣੀ ਨਹੀਂ ਤੁਸੀਂ ਕੱਢ ਦੋਗੇ ਜ਼ਰਾ ਕੋਈ ਮਸਲਾ ਨਹੀਂ ਅਸੀਂ ਤਾਂ ਬੰਦਾ ਰੋਕ ਕੇ ਉਹਦੇ ਨਾਲ ਪੈਸੇ ਕੱਢਦਾ ਹੀ ਰਹੇ ਤੇ ਫਿਰ ਗੱਡੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਗੱਡੀ ਨਵੀਂ ਰਵੇ ਤੇ ਆਪ ਚਲਾਓ ਇੰਨਾ ਇਸਰਾਰ ਕਰਦੇ ਹੋ ਤੇ ਮੈਂ ਚਲਾ ਲੈਣਾ ਓਏ ਐਨੀ ਦੇਰ ਹੋ ਗਈ ਤੇਰੇ ਕੋਲ ਇੱਕ ਗੱਡੀ ਪਰਾਂ ਨਹੀਂ ਹੋਈ ਚੱਲ ਜਲਦੀ ਕਰ ਓ ਮੈਂ ਕਰਨ ਤੇ ਲੱਗਾ ਯਾਰ ਆ ਮੈਂ ਹੁਣ ਤੇਰੇ ਕੋਲ ਕਰਨ ਲੱਗਾ ਹੀ ਅੱਛਾ ਬੜੇ ਝਟਕੇ ਲਾ ਰਹੀ ਬਈ ਇਹ ਗੱਡੀ ਦੇ ਜ਼ਾਤੀ ਝਟਕੇ ਨੇ ਮੁਸ਼ਕਲ ਕੰਮ ਮੈਂ ਕਰਤਾ ਹੁਣ ਅੱਗੋਂ ਆਪਾਂ ਹੀ ਚਲਾਓ ਬੜੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਤੁਹਾਡੀ ਹੈ ਜੇ ਮਿਲਦੇ ਰਹੋਗੇ ਤੇ ਤੁਹਾਡੀਆਂ ਅੱਖਾਂ ਬੜੀਆਂ ਸੋਹਣੀਆਂ ਪਾਟਾ ਕੈਸਾ ਫਿਰ ਅਫਸਰਾ ਏਦਾਂ ਕੁੜੀਆਂ ਫਸਾਈਦੀਆਂ ਵਾਹ ਜੀ ਵਾਹ ਬੜੀ ਸੋਹਣੀ ਸੀ ਯਾਰ ਹਾਏ ਉਹ ਮੇਰੇ ਮੌਲਾ ਉਹ ਐ ਕੀ ਯਾਰ ਹੋਣਾ ਉਹ ਮੇਰੀ ਗੱਡੀ ਨੂੰ ਕੌਣ ਕਰ ਗਿਆ ਹੋਲਾ ਐ ਤੁਹਾਡੀ ਗੱਡੀ ਅੱਗੋਂ ਵੱਜੀ ਵੱਜੀ ਨਹੀਂ ਲੱਗਣ ਦਈ ਓ ਅੱਛਾ ਤੁਹਾਨੂੰ ਹਾਲੇ ਵੀ ਗੱਡੀ ਵੱਜੀ ਵੱਜੀ ਲੱਗਣ ਡਈ ਏ ਮੈਂ ਕਿਹਾ ਜ਼ਰਾ ਗੌਰ ਤੇ ਕਰੋ ਸੋਹਣਿਓ ਬਿਲਕੁਲ ਵੱਜੀ ਪਈ ਜੇ ਤੁਸੀਂ ਗੱਡੀ ਵੀ ਤੇ ਗਲਤ ਜਗ੍ਹਾ ਤੇ ਖਿਲਾਰੀ ਸੀ ਨਾ ਮੈਂ ਗੱਡੀ ਸਾਈਕਲ ਸਟੈਂਡ ਦਾ ਬੋਰਡ ਪੜ ਕੇ ਇੱਥੇ ਖਿਲਾਰੀ ਆ ਤੁਹਾਡੀ ਗੱਲ ਠੀਕ ਹੈ ਪਰ ਇੱਥੋਂ ਕਸ਼ਤੀ ਨਹੀਂ ਸੀ ਲੰਘ ਸਕਦੀ ਕਸ਼ਤੀ ਜਨਾਬ ਇੱਥੋਂ ਕਸ਼ਤੀਆਂ ਬਹੁਤ ਜ਼ਿਆਦਾ ਗੁਜ਼ਰਦੀਆਂ ਨੇ ਮੈਨੂੰ ਤੇ ਕਦੀ ਕਦੀ ਸਮੁੰਦਰ ਲੱਗਦਾ ਖਲੋ ਜਾ ਇੱਕ ਮਿੰਟ ਤੂੰ ਸਾਡੀ ਬਿਸਤੀ ਕਰੇਗਾ ਤੇ ਅਸੀਂ ਤੇਰਾ ਚਲਾਨ ਕਰਾਂਗੇ ਦੱਸੋ ਸਾਜੀ ਜ਼ਰਾ ਇਹਨੂੰ ਮੇਰੇ ਬਾਰੇ ਜਾਣ ਤੇ ਮਾਫ ਕਰ ਦੇ ਇਹਨਾਂ ਨੂੰ ਮੇਰੀਆਂ ਤੁਸੀਂ ਲਾਈਟਾਂ ਭੰਨ ਦਿੱਤੀਆਂ ਤੇ ਮੈਂ ਹਜੇ ਗੁੱਸਾ ਨਾ ਕਰਾਂ ਇਹ ਤੂੰ ਆ ਕੇ ਵੱਜਿਆ ਇਹ ਵੀ ਮੈਂ ਤੇਰੇ ਤੇ ਪਾ ਦੇਣੀ ਹੈ ਇੱਥੇ ਸਾਰੇ ਪੁਲਿਸ ਵਾਲੇ ਪਾਗਲ ਆ ਨਹੀਂ ਸਿਰਫ ਅਸੀਂ ਦੋਵੇਂ ਆ ਠੀਕ ਹੈ ਓ ਚਾਚਾ ਆਪਣਾ ਮੂੰਹ ਸੰਭਾਲ ਮੈਨੂੰ ਗੁੱਸਾ ਨਾ ਚੜਾ ਓ ਤੂੰ ਓਏ ਐਵੇਂ ਚਵਲਾ ਨਾ ਮਾਰ ਉਹਨੂੰ ਜਾਣ ਦੇ ਬਸ ਕਰ ਠੀਕ ਹੈ ਮੈਂ ਜਾ ਲੈਣ ਦੇਣਾ ਇਹੀ ਗੱਲ ਚਾਚਾ ਜੀ ਜੇ ਤੁਸੀਂ ਪਹਿਲੇ ਮੰਨ ਜਾਂਦੇ ਕਿ ਸਾਰੀ ਗਲਤੀ ਤੁਹਾਡੀ ਆ ਤੇ ਇਹਨਾਂ ਰੌਲਾ ਤੇ ਨਾ ਬੰਦਾ ਚੱਲ ਵੀ ਚਾਚਾ ਆਪਣਾ ਡਰਾਈਵਿੰਗ ਲਾਇਸੈਂਸ ਵਹਾ ਨਹੀਂ ਤੇ ਕੋਈ ਖਰਚਾ ਖੁਰਚਾ ਲਾ ਹੂੰ ਲੱਗਾ ਤੂੰ ਮੈਨੂੰ ਪੁਲਿਸ ਸਾਰਾ ਨਾਮ ਸਲੀਮਪੁਰੋਂ ਕਾ ਤੇ ਐਡਰੈਸ ਥਾਣਾ ਸਿਟੀ ਝੰਗ ਤੇ ਮੈਂ ਇੱਥੇ ਦਾ SHO ਪਾਇਆ ਗਿਆ ਲਓ ਵੀ ਜਵਾਨੋ ਮੇਰੇ ਲਾਇਕ ਕੋਈ ਰਿਸ਼ਵਤ ਹੈਗੀ ਤੇ ਮੈਨੂੰ ਦੱਸੋ ਮੈਨੂੰ ਤੇ ਮਾਫ ਹੀ ਕਰ ਦਿਓ ਸਰ ਨਹੀਂ ਯਾਰ ਕੋਈ ਚਾਹ ਸ਼ਾਹ ਨਹੀਂ ਪੀਣੀ ਤੁਸੀਂ ਪੀ ਲਾਂਗੇ ਸਰ ਪਰ ਪੈਸੇ ਅਸੀਂ ਦੇਣਗੇ ਸਰ ਤੁਸੀਂ ਮਾਫ ਕਰਤਾ ਸਾਨੂੰ ਸਰ ਤੁਸੀਂ ਅੱਛੇ ਹੋ ਬਹੁਤ ਅੱਛੇ ਓ ਮੈਨੂੰ ਪਤਾ ਇਸ ਗੱਲ ਦੀ ਲੜਾਈ ਨਾ ਕਰੋ ਮੈਂ ਚੱਲ ਲੋ ਜੀ ਸਰ ਜੀ ਗੱਲ ਹੁਣ ਆਪਸ ਚ ਰਹਿਣੀ ਚਾਹੀਦੀ ਵੀ ਅਸੀਂ ਲੋਕਾਂ ਨੂੰ ਖਾਣਾ ਤੇ ਤੁਸੀਂ ਸਾਨੂੰ ਹਾਂਜੀ ਸਰ ਜੀ ਕੋਈ ਮਾਲ ਖਾਣ ਦਾ ਪ੍ਰੋਗਰਾਮ ਹੋਵੇ ਤੇ ਦੱਸ ਦਿਓ ਹਾਂਜੀ ਕੰਸਨ ਜੀ ਖਾ ਲੈਣਾ ਸੀ ਜੇ ਮੇਰੀ ਅੱਖ 'ਚ ਕੋਈ ਬਾਲ ਹੁੰਦਾ ਤੇ ਅਸਲਾਮ ਵਾਲੇਕਮ ਓਏ ਸਰ ਓਏ ਓਏ ਪਰੇ ਮਾਰ ਓਏ ਉੱਤੋਂ ਆਰਡਰ ਆਏ ਆ ਭਾਈ ਉਹ ਕਹਿੰਦੇ ਸਾਨੂੰ ਥੱਲੇ ਲਾਓ ਤਸਵੀਰ ਚੋਰ ਦਾ ਕੋਈ ਪਤਾ ਲੱਗਾ ਚੋਰਾਂ ਦਾ ਕਿੱਥੇ ਪਤਾ ਲੱਗਦਾ ਅੱਜ ਕੱਲ ਤੁਹਾਡਾ ਪਤਾ ਲੱਗਾ ਕਿਸੇ ਨੂੰ ਕਿ ਤੁਸੀਂ ਪੁਲਿਸ ਵਾਲੇ ਹੋ ਫਟਾਫਟ ਚੋਰ ਫੜ ਲੈਣੀ ਤਾਂ ਤੇਰੀ ਛੁੱਟੀ ਹੋ ਜਾਣੀ ਆ ਏਦਾਂ ਦਾ ਮਜ਼ਾਕ ਨਹੀਂ ਕਰੀਦਾ ਲੱਭਣ ਹੀ ਦਏ ਉਹਨਾਂ ਨੂੰ ਸਵੇਰ ਸ਼ਾਮ ਲੱਭੋ ਫਿਰ ਵੈਸੇ ਤੇ ਅਸੀਂ ਇਤਲਾਹ ਝੰਗ ਥਾਣੇ ਵੀ ਦੇ ਦਿੱਤੀ ਹੈ ਉੱਥੇ ਕੋਈ ਏਦਾਂ ਦਾ ਪੁਲਿਸ ਵਾਲਾ ਹੈਗਾ ਜਿਹੜਾ ਚੋਰ ਫੜ ਲਵੇ ਹੈ ਸਰ ਜੀ ਉੱਥੇ ਦੋ ਪੁਲਿਸ ਵਾਲੇ ਨੇ ਜਿਹੜੇ ਬਹੁਤ ਜ਼ਹੀਨ ਨੇ
ਇਹ ਜ਼ਹੀਨ ਨੇ ਕੇ ਪੁਲਿਸ ਵਾਲੇ ਨੇ ਇੱਕ ਗੱਲ ਦੱਸ ਮੈਨੂੰ ਸਰ ਜੀ ਮੈਂ ਐਡਾ ਮੁਸ਼ਕਲ ਜਵਾਬ ਨਹੀਂ ਦੇ ਸਕਦਾ ਮੈਂ ਐਡਾ ਜ਼ਹੀਨ ਹੁੰਦਾ ਤੇ ਪੁਲਿਸ ਚ ਹੀ ਹੁੰਦਾ ਛੱਡੋ ਪਰੇ ਤੁਸੀਂ ਇਹ ਬਾਕੀ ਬੱਚਿਆਂ ਦਾ ਸੁਣਾਓ ਘਰ ਸਭ ਠੀਕ ਠਾਕ ਤੈਨੂੰ ਜਿਹੜਾ ਕੰਮ ਕਿਹਾ ਹੈ ਨਾ ਉਹ ਕਰ ਸਰ ਜੀ ਉਹ ਬੜੇ ਦੋਵੇਂ ਜ਼ਹੀਨ ਨੇ ਮੈਂ ਤੇ ਕਹਿੰਦਾ ਉਹਨਾਂ ਨੂੰ ਕੇਸ ਦੇ ਦਈਏ ਫੇਰ ਸੋਚ ਲਓ ਸੋਚ ਲਿਆ ਉਹਨੇ ਹੀ ਮੇਰੇ ਪਾ ਲਓ ਉਹ ਮੇਰੇ ਕੋਲੋਂ ਫੈਰ ਨਾ ਖਾ ਲਈ ਇੰਨੀ ਲੇਟ ਆਮ ਲੇਟ ਅੱਛਾ ਬਹੁਤ ਸਮਾਲ ਆ ਰਿਹਾ ਜੇ ਨਾਲ ਧੂੰਆਂ ਵੀ ਆ ਰਿਹਾ ਜੇ ਟੂ ਮਾਰੋ ਨਾਈਟ ਟਾਈਮ ਬਾਅਦ ਮੈਂ ਦੱਸਾ ਜਾਏਗਾ ਉਹ ਪੁਲਿਸ ਪੈ ਗਈ ਜੇ ਜਾ ਓਏ ਰੁਪਈਆ ਹਜ਼ਾਰ ਦੇ ਦੇ ਉਲੇ ਪੁਲਿਸ ਵਾਲੇ ਦੀ ਟੋਪੀ ਦੇਖ ਪਰਲੇ ਵਰਗੀ ਲੱਗਣ ਰਹੀ ਹੈ ਅੱਛਾ ਜੀ ਤੇ ਹੋਰ ਕੀ ਕੀ ਹਾਲ ਆ ਭਾਈ ਉਹ ਠੀਕ ਹੈ ਸਰਕਾਰ ਤੁਸੀਂ ਸੁਣਾਓ ਭਾ ਮਨਸ਼ੀਆ ਦੇਰ ਦੀ ਮਾਦਰਤ ਦਰਅਸਲ ਟ੍ਰੈਫਿਕ ਬਹੁਤ ਜੈਮ ਸੀ ਇੰਨੀ ਕਿ ਜੈਮ ਸੀ ਕਿ ਬੌਸ ਦੇ ਨਾਲ ਡਬਰੋ ਡਿਮਗਾਉਣ ਲੱਗੇ ਸੀ ਆ ਫੜ ਲਾ ਆਪਣਾ ਸਮਾਨ ਮਿਹਰਬਾਨੀ ਇਸ ਮਾਲ ਦੀ ਕਮਿਸ਼ਨ ਸਾਨੂੰ ਪਹੁੰਚਾ ਦੇ ਇਹ ਨਾ ਹੋਵੇ ਤੈਨੂੰ ਇਸੇ ਮਾਲ ਦੇ ਕੇਸ ਅੰਦਰ ਕਰ ਦਈਏ ਠੀਕ ਹੈ ਆਪ ਵੀ ਖਾਓ ਤੇ ਸਾਨੂੰ ਵੀ ਖਵਾਓ ਅੰਦਰ ਬੈਠੋ ਛੀਆਂ ਦੁਕਾਨਾਂ ਤੇ ਹਾਲੇ ਹੋਰ ਮਾਲ ਦੇਣਾ ਓਏ ਇਹਨੇ ਪਿਛਲੇ ਪੈਸੇ ਦਿੱਤੇ ਕਿ ਨਹੀਂ ਉਹ ਪਿਛਲਿਆਂ ਨੂੰ ਗੋਲੀ ਮਾਰ ਅਗਲਿਆਂ ਦੀ ਸੋਚ ਹਾਲੇ 6 ਡੱਬੇ ਦੁੱਧ ਤੇ ਜ਼ਫਰੇ ਨੂੰ ਦੇਣੇ ਆ 2 ਜੁੱਫੇ ਨੂੰ ਦੇਣੇ ਆ ਤੇ ਬੱਚਿਆਂ ਨੂੰ ਸਕੂਲੋਂ ਘਰ ਵੀ ਛੱਡਣ ਜਾਣਾ ਓਏ ਤੂੰ ਪੁਲਿਸ ਵਾਲਾ ਹੋ ਕੇ ਇਸ ਗੱਡੀ ਦਾ ਗਲਤ ਇਸਤੇਮਾਲ ਕਰਦਾ ਤੈਨੂੰ ਸ਼ਰਮ ਆਣੀ ਚਾਹੀਦੀ ਏ ਲੈ ਗਲਤ ਮੈਂ ਅਗਲੇ ਟਾਇਰ ਚੁੱਕ ਕੇ ਚਲਾਉਣਾ ਮੇਰੇ ਪਿੱਛੇ ਪੈ ਗਏ ਬਕਵਾਸ ਨਾ ਕਰ ਤੁਹਾਡਾ ਵੀ ਮੈਨੂੰ ਪਤਾ ਤੁਸੀਂ ਜਿਹੜਾ ਮੁਲਜ਼ਮ ਦੇ ਬਹਾਨੇ ਭੁੰਡੀ ਕਰਨ ਜਾਂਦੇ ਨਾ ਹਟ ਜਾਓ ਉਹ ਪਾਗਲ ਆਦਮੀ ਇਹ ਡਿਊਟੀ ਆ ਆਪਣੀ ਹੀ ਡਿਊਟੀ ਹੋ ਗਈ ਉਹ ਖੈਰ ਹੋਵੇ ਉਹ ਜੀ ਗਿਆ ਨੂੰ ਮੈਨੂੰ ਇੱਕ ਜ਼ਰੂਰੀ ਕੰਮ ਸੀ ਸੋਚਿਆ ਤੁਹਾਡੇ ਕੋਲ ਚੱਲਨੀ ਆ ਇਹਨਾਂ ਦਾ ਕੰਮ ਜ਼ਰੂਰ ਕਰਨਾ ਹੀ ਸਾਜੂ ਦੱਸੋ ਸਾਡੇ ਲਈ ਕੀ ਕੰਮ ਹੈ ਦੱਸਦੇ ਨੇ ਆ ਦੱਸੋ ਤੁਹਾਡੇ ਵਾਸਤੇ ਤੇ ਅਸੀਂ ਭਰਤੀ ਹੋਏ ਆ ਜ਼ਰੂਰੀ ਕੰਮ ਐ ਸੀ ਕਿ ਚਾਚੇ ਲਾਲੂ ਨੇ ਪਾਰਟੀ ਰੱਖ ਲਈ ਤੇ 1500 ਬੰਦਿਆਂ ਦਾ ਖਾਣਾ ਬਣਾਉਣ ਦਾ ਮੈਨੂੰ ਕਹਿਤਾ ਉਹਨਾਂ 1500 ਚ ਅਸੀਂ ਵੀ ਆ ਸਕਦੇ ਆ ਕਿਉਂ ਨਹੀਂ ਤੁਸੀਂ ਲਾਜ਼ਮੀ ਹੋ ਬੜੀ ਮਿਹਰਬਾਨੀ ਜੀ ਜੇ ਤੁਸੀਂ ਨਾ ਵੀ ਕਹਿੰਦੇ ਸੀ ਫੇਰ ਵੀ ਆ ਜਾਂਦੇ ਦੱਸੋ ਕੰਮ ਕਿਹੜਾ ਤੁਹਾਨੂੰ ਹੁਣ ਮੈਨੂੰ ਥੋੜੇ ਜਿਹਾ ਬਿਸਕੁਟ ਚਾਹੀਦੇ ਸੀ ਬਸ 5-6 ਡੱਬੇ ਤੂੰ ਇੱਥੇ ਖਲੋ ਤੇ ਮੈਂ ਜ਼ਰਾ ਕਿਰਨ ਸਾਹਿਬਾ ਨੂੰ ਅੰਦਰੋਂ ਬਿਸਕੁਟ ਦੇ ਦਿਆਂ ਓਏ 1 ਮਿੰਟ ਖਲੋ ਓਏ ਬਹੁਤ ਆ ਕਾਲਿਆ ਤੈਨੂੰ ਕੀ ਪਤਾ ਕਿੱਥੇ ਪਏ ਬਿਸਕੁਟ ਮੈਂ ਦੇਣਾ ਇਹਨੂੰ ਇਸ ਬੇਵਕੂਫ ਨੂੰ ਐ ਨਹੀਂ ਪਤਾ ਬਈ ਥਾਣੇ ਦਾ ਬੁਆ ਅੰਦਰ ਨੂੰ ਖੋਲਣਾ ਮੈਂ ਜ਼ਰਾ ਮਿਸ ਕਾਲਾਂ ਚੈੱਕ ਕਰਨਾ ਓ ਮੈਂ ਹੀ ਕੀਤੀਆਂ ਸੀ ਰਹਿਣ ਦੇ ਆਜੋ ਮੈਂ ਤੁਹਾਨੂੰ ਬਿਸਕੁਟ ਦਿਆਂ ਆਜੋ ਵੈਸੇ ਤੁਸੀਂ ਕੀ ਕਰ ਰਹੇ ਹੋ ਅੱਜ ਸ਼ਾਮ ਬਸ ਕੁਝ ਖਾਸ ਨਹੀਂ ਕਮੇਟੀ ਕਢਾਣੀ ਤੇ ਫਾਰਕ ਤੇ ਫੇਰ ਫਿਲਮ ਵੇਖਣ ਚੱਲੀਏ ਅਗਲੀ ਲਾਈਨ ਚ ਬਹਿ ਕੇ ਸਮੋਸੇ ਹੱਥ ਚ ਫੜ ਕੇ ਕਿੰਨੇ ਮਜ਼ੇ ਆਉਣਗੇ ਬੜੇ ਮਜ਼ੇ ਆਉਣਗੇ ਕੱਲ ਚੱਲਾਂਗੇ ਡਨ 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 ਆ ਕੀ ਸਮ ਤੇ ਆਏ ਜੇ ਯਾਨੀ ਕਿ ਕੱਲ ਤਵਾਰ ਉੱਤੋਂ ਛੁੱਟੀ ਉੱਤੋਂ ਪੁਲਿਸ ਦੀ ਗੱਡੀ ਇੰਨਾ ਕਹਿੰਦੇ ਹੋ ਤੇ ਚਲੇ ਜਾਾਂਗੇ ਅੱਛਾ ਮੈਨੂੰ ਹੁਣ ਮੇਰਾ ਸਮਾਨ ਦਿਓ ਉੱਤੇ ਚੜ ਕੇ ਆਪੇ ਹੀ ਲਾ ਲਓ ਮੇਰੇ ਕੋਲ ਉੱਤੇ ਨਹੀਂ ਚੜਿਆ ਜਾਂਦਾ ਲੈ ਉੱਤੇ ਕਿਉਂ ਨਹੀਂ ਚੜਿਆ ਜਾਂਦਾ ਐ ਵੇਖਿਓ ਇਹ ਮੈਂ ਤੇ ਤੁਹਾਡੀ ਖਾਤਰ ਸਮਾਨ ਤੋਂ ਤਾਰੇ ਤੋੜ ਕੇ ਲਿਆ ਸਕਦਾ ਜੇ ਮੈਨੂੰ ਵੱਡਾ ਛਾਪਰ ਲੱਭ ਜਵੇ ਤੇ ਆ ਪਿਆ ਜੇ ਤੁਹਾਡਾ ਖਾਦਮ ਹਾਂ ਹਾਂ ਮੈਂ ਆਪੇ ਲੈ ਲੈਨੀ ਆ ਐ ਮਾਜੂ ਸਾਹਿਬ ਜ਼ਰਾ ਪੈਗਾਮ ਸੁਣ ਲਓ ਐ ਕੀ ਹੋ ਰਿਹਾ ਜਦੋਂ ਵੀ ਕੋਈ ਲੇਡੀਜ਼ ਗਾਹਕ ਆਵੇ ਉਹਨੂੰ ਉੱਤੇ ਚੜਾ ਲੈਣਾ ਆਪ ਕਿਉਂ ਨਹੀਂ ਚੜਦਾ ਮਰਦਾ ਤੂੰ ਓਏ ਸਰ ਮਰੇ ਤੇ ਪਏ ਐ ਇਹ ਦੁੱਧ ਦਾ ਡੱਬਾ ਤੇ ਲਾ ਲਿਆ ਬਿਸਕਿਟ ਕਿੱਥੇ ਪਏ ਇਸ ਤੋਂ ਵੀ ਉੱਤੇ ਪਏ ਮੈਂ ਨਹੀਂ ਹੁਣ ਉੱਤੇ ਚੜਨਾ ਤੁਸੀਂ ਇਹ ਲੈ ਲਓ ਇਹ ਵੀ ਉਹੀ ਜੇ
ਦੁਰ ਫਿੜੇ ਮੂੰ ਤੇਰਾ। ਇਹ ਕੀ ਹੈਗਾ? ਆਰਡਰ ਆਇਆ ਬਈ, ਜਿਹੜਾ ਬੰਦਾ ਸ਼ਹਿਰ ਚ ਨਵਾਂ ਆਵੇ ਉਹਦੇ ਤੇ ਨਜ਼ਰ ਰੱਖਣੀ ਜੇ, ਤੁਸੀਂ ਵੀ ਨਵੇਂ ਜੇ, ਇਸ ਵਾਸਤੇ ਤਾੜੇ ਤੇ ਵੀ ਨਜ਼ਰ ਰੱਖਾਂਗੇ ਅਸੀਂ। ਅੱਛਾ, ਇਹਨਾਂ ਤੇ ਨਜ਼ਰ ਰੱਖੂਗਾ ਮੈਂ ਤੇ ਬਾਕੀਆਂ ਤੇ ਤੁਸੀਂ। ਇਹਨਾਂ ਨੂੰ ਪੁੱਛ ਲੈ। ਮੈਂ ਪੁੱਛਣ ਵਾਲੀ ਕਿਹੜੀ ਗੱਲ ਆ, ਕੱਲ ਅਸੀਂ ਫਿਲਮ ਤੇ ਜਾ ਰਹੇ ਹਾਂ। ਇਲਾਕੇ ਚ ਕੋਈ ਹੋਰ ਵੀ ਨਵਾਂ ਆਇਆ? ਹੁਣੇ ਪ੍ਰਾਪਰਟੀ ਦਲਾਲ ਤੋਂ ਪੁੱਛ ਲੈਣੇ। ਇਸ ਕੇਸ ਨਾਲ ਉਹਨਾਂ ਨਾਲ ਕੀ ਤਲਕ? ਕੀ ਮਤਲਬ? ਤੂੰ ਉਹਨਾਂ ਡਾਕੂਆਂ ਨੂੰ ਭੁੱਲ ਗਿਆ? ਹਾਂ। ਕੀ ਕੀਤਾ ਸੀ? ਡਕੈਤੀ। ਓਏ, ਡਾਕੂ ਡਕੈਤੀਆਂ ਹੀ ਕਰਦੇ ਆ, ਹੋਰ ਫੰਕਸ਼ਨ ਕਰਦੇ ਆ। ਉਹਨਾਂ ਨੇ ਮਕਾਨ ਕਿਰਾਏ ਤੇ ਲਿਆ ਸੀ। ਹਾਂ, ਚਾਚਾ ਲਾਲੂ ਵੀ ਇਹਨਾਂ ਚੋਰੀਆਂ ਤੋਂ ਬੜਾ ਪਰੇਸ਼ਾਨ। ਅੱਛਾ ਜੀ। ਹਾਂ, ਇਸ ਲਈ ਤਾਂ ਉਹਨੇ ਗਾਰਡ ਰੱਖ ਲਿਆ। ਗਾਰਡ ਰੱਖੋ ਭਾਵੇਂ ਰੋਜ਼ੇ ਰੱਖੋ, ਡਾਕੂ ਡਾਕੂ ਹੀ ਹੁੰਦੇ ਆ। ਸਾਡੇ ਵਰਗੇ ਹੀ ਜ਼ਰੀਬ ਬੰਦਿਆਂ ਦੀ ਲੋੜ ਏ, ਤੁਹਾਨੂੰ ਪੁਲਿਸ ਚ ਨਹੀਂ ਫੌਜ ਚ ਹੋਣਾ ਚਾਹੀਦਾ। ਜੇ ਇਹ ਫੌਜ ਚ ਹੁੰਦਾ ਤਾਂ ਤੁਹਾਨੂੰ ਖਾਣ ਪੀਣ ਨੂੰ ਵੀ ਕੱਖ ਨਹੀਂ ਸੀ ਲੱਭਣਾ। ਹਾਂ, ਪਤਾ ਹੈ ਮੈਨੂੰ। ਐ ਹੁਣ ਤੂੰ ਕੱਲ ਟਾਈਮ ਨਾਲ ਸਿਨੇਮੇ ਪਹੁੰਚ ਜਾਈ, ਐ ਨਾ ਹੋਵੇ ਮੈਂ ਕਿਸੇ ਹੋਰ ਨਾਲ ਫਿਲਮ ਵੇਖ ਲਵਾਂ। ਕਿਸੇ ਹੋਰ ਨਾ? ਕਿਉਂ, ਮੈਂ ਪਹੁੰਚਾਂ? ਤੁਸੀਂ ਕੱਲ ਟਾਈਮ ਸਿਰ ਕਬਰਸਤਾਨ ਪਹੁੰਚੋ, ਤੁਹਾਡਾ ਜਨਾਜ਼ਾ ਕੱਲ। ਦੋਰ ਫਿਟੇ ਮੂੰਹ ਕੋਈ ਰਿਆਇਤ ਹੀ ਕਰ ਲਾ। ਮੇਰਾ ਬਸ ਥੱਲੇ ਤੁਹਾਨੂੰ ਹੱਥੀ ਉੱਤੇ ਛੱਡਾਂ, ਕੱਲਾ ਇੰਜੋਏ ਕਰਦਾ ਫਿਰੇ ਤੂੰ। ਓਏ, ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ, ਇਹ ਹੈ ਮੇਰੀ ਕਿਰਨ। ਅੱਛਾ, ਤੇ ਤੂੰ ਅੱਜ ਤੋਂ ਬਾਅਦ ਉਹਨੂੰ ਮਹਿਲੀ ਅੱਖ ਨਾਲ ਨਹੀਂ ਵੇਖਣਾ। ਜਦੋਂ ਵੀ ਉਹਨੂੰ ਵੇਖਣਾ ਹੋਵੇ ਅੱਖਾਂ ਤੇ ਛੱਟੇ ਮਾਰ ਲਿਆ ਕਰੀ। ਕੁਛ ਗੈਰਤ ਕਰੋ ਸਰ ਜੀ, ਉਹ ਤੁਹਾਡੀ ਹੋਣ ਵਾਲੀ ਭਰਜਾਈ ਆ। ਉਹ ਤੇਰੀ ਭਰਜਾਈ ਆ ਤੁਹਾਡੀ? ਕੀ ਹੋ ਗਿਆ, ਕਿਸ ਗੱਲ ਦੀ ਬਹਿਸ ਹੋ ਰਹੀ ਸੀ? ਤੁਹਾਡੇ ਦੋਵਾਂ ਵਿੱਚੋਂ ਕਿਹਦੇ ਨਾਲ ਵਿਆਹ ਕਰਨਾ ਹੈ ਮੈਂ ਸੋਚਾਂਗੀ। ਸੋਚੋ ਜ਼ਰਾ ਸਰ ਜੀ, ਇਹਦਾ ਮੇਰਾ ਵਿਆਹ ਹੋਵੇ, ਜਾਂਜੀ ਹੋਣ ਤੇ ਤੁਸੀਂ ਢੋਲ ਵਜਾਉਂਦੇ ਹੋਵੋ ਤੇ ਮੇਰੀ ਬਰਾਤ ਜਹਾਜ਼ ਤੇ ਜਾਂਦੀ ਹੈ। ਜਹਾਜ਼ ਕੰਧ ਚ ਵੱਜ ਜਾਏ? ਨਹੀਂ, ਤੁਹਾਨੂੰ ਕੀ ਤਕਲੀਫ ਆ ਮੇਰੇ ਵਿਆਹ ਦੀ? ਮੈਨੂੰ ਉਹਦੇ ਵਿਆਹ ਦੀ ਤਕਲੀਫ ਹੈ ਜੇ ਤੇਰੇ ਨਾਲ ਹੋਵੇ ਤੇ। ਪਹਿਲੀ ਗੱਲ ਤੇ ਇਹ ਆ ਕਿ ਇਹਦਾ ਵਿਆਹ ਮੇਰੇ ਨਾਲ ਹੀ ਹੋਣਾ, ਤੇ ਜਦੋਂ ਵਿਆਹ ਹੋਣਾ ਉਦੋਂ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਕਿਹਦੇ ਨਾਲ ਹੋਣਾ ਇਹਦਾ ਵਿਆਹ। ਚਲੋ, ਫੈਸਲਾ ਹੋ ਜੂ। ਠੀਕ ਹੈ, ਇਹ ਫੈਸਲਾ ਤੇ ਮੈਂ ਹੁਣੇ ਕਰ ਦੇਣੀ ਆ। ਹਾਂ, ਮੇਰਾ ਫੈਸਲਾ ਹੈ ਕਿ ਮਾਜੂ ਸਿਨਮੇ ਮਿਲਾਂਗੇ। ਹੁਣ ਸੋਚੋ ਚੋਰਾਂ ਦਾ ਕੀ ਕਰਨਾ। ਉਹਨਾਂ ਦਾ ਵੀ ਅੱਲਾ ਵਾਰਸ ਆ। ਸਮਝ ਫਿਰ, ਤੇਰੀ ਕਮਾਈ ਤੇ ਬਾਰਿਸ਼ ਆ, ਸਾਨੂੰ ਹਰ ਕੰਮ ਇਤਿਆਤ ਨਾਲ ਕਰਨਾ ਪੈਣਾ। ਠੀਕ ਹੈ ਸਰ ਜੀ। ਆਪਣੇ ਇਲਾਕੇ ਦੇ ਮਕਾਨ ਆ ਤੇ ਉਹਨਾਂ ਦੇ ਰਿਹਾਇਸ਼ਾਂ ਦੀ ਸਾਰੀ ਤਫਸੀਲ ਲੈ ਕੇ ਮੇਰੇ ਕੋ ਆ, ਇੱਥੋਂ ਤੇ ਕਰਕੇ ਆਪਣੇ ਥਾਣੇ ਦੀ ਵੀ। ਇੱਥੇ ਕਿਹੜਾ ਕੋਈ ਰਹਿੰਦਾ? ਆਹੋ, ਇੱਥੇ ਕਿਹੜੇ ਕੋਈ ਇਨਸਾਨ ਰਹਿੰਦੇ ਆ, ਅਸੀਂ ਦੋ ਹੀ ਹੈਗੇ ਆ।